ਕਰਾਇਆ ਉਹਨਾਂ ਦਾ ਠੀਕ ਹੈ ਜੀ, ਇੱਥੋਂ ਆਪਣਾ ਪਾਇਆ ਸੀ 5-7 ਕਿਲੋ ਫਰੂਟ, ਬਾਕੀ ਆਪਾਂ ਬਾਹਰੋਂ ਲਿਆ ਕੇ ਪਾ ਲਿਆ ਠੀਕ ਹੈ ਜੀ। ਅਤੇ ਇੱਦਾਂ ਉਹ ਆਉਂਦੇ ਆ ਵੀ ਟੋਕਰਾ ਤੁਸੀਂ ਸਾਨੂੰ ਸਾਡੇ ਵਾਲਾ ਵਾਪਸ ਕਰਤਾ ਵਾ, ਹੁਣ ਅਸੀਂ ਪੈਸੇ ਖਰਚੇ, ਸਾਨੂੰ ਪਤਾ ਅਸੀਂ ਆਪਣਾ ਖੜਿਆ ਜਾਂ ਇੰਨਾ ਵਾਲਾ ਖੜਿਆ ਠੀਕ ਹੈ ਜੀ। ਅਤੇ ਇੱਦਾਂ ਇਹ ਕਹਿੰਦੇ ਟੋਕਰਾ ਵਾ ਜਿਹੜਾ ਤੁਸੀਂ ਸਾਡੇ ਵਾਲਾ ਸਾਨੂੰ ਲਿਆ ਕੇ ਦੇ ਦਿੱਤਾ ਵਾ ਠੀਕ ਹੈ ਜੀ। ਅਤੇ ਉਹ ਤੋਂ ਗੱਲ ਵੱਧ ਗਈ ਆ, ਅਤੇ ਕਾਲ ਸਗਨ ਲਾ ਕੇ ਗਏ ਆ, ਅਜੇ ਪਹਿਲੇ ਟਾਈਮ ਦੇ ਦਿਨੇ ਨਾ ਕਰਤੀ ਵੀ ਨਹੀਂ ਸਾਡੇ ਵੱਲ ਨਾ ਜੀ। ਇਹ ਫੋਨ ਆਇਆ ਉਹਨਾਂ ਦੇ ਘਰੋਂ ਆਇਆ ਸੀ ਠੀਕ, ਉਹ ਆਉਂਦੇ ਵੀ ਤੁਸੀਂ ਇੱਥੇ ਥਾਣੇ ਆਇਓ ਸਾਡੇ ਵੱਲ ਨਾ ਜੀ। ਬਸ ਤਿਆਰੀਆਂ ਭਾਈ ਸਾਰਾ ਕੁਛ ਹੋਇਆ ਵੇਖ ਲਓ, ਲੜੀ ਲੱਗੀ ਡੀ ਜੇ ਪਿਆ ਕਰੇ ਜੀ, ਉੱਦਾਂ ਹੀ ਟੈਂਟ ਮੈਂ ਸਵੇਰੇ ਛੱਡ ਕੇ ਆਇਆ ਜੀ, ਬਾਕੀ ਸਾਰਾ ਕੁਛ ਹੋ ਗਿਆ, ਕੱਪੜੇ ਬਣੇ ਆ, ਸਭ ਕੁਛ ਬਣਿਆ ਵਾ। ਬਸ ਇਹਨਾਂ ਨੇ ਇਹੋ ਹੀ ਆ ਵੀ ਮੌਕੇ ਤੇ ਨਾ ਕੀਤੀ, ਸਾਨੂੰ ਸਾਡਾ ਖਰਚਾ ਦੇ ਦੇਣਾ ਜੇ ਨਹੀਂ ਵਿਆਹ ਕਰਾਉਣਾ। ਕਿੰਨਾ ਖਰਚਾ ਹੋਇਆ? ਸਾਡਾ ਖਰਚਾ ਭਾਈ 30,000 ਰੁਪਇਆ ਹੋਇਆ ਜੀ। ਜੋੜਾ ਫਟਕ ਲੱਗ ਕੇ ਕਿਸ ਲੜਕੀ ਨਾਲ, ਉਹਦੇ ਸੰਬੰਧੀ ਇਹਨਾਂ ਨੂੰ ਕਿਤੇ ਰਾਤ ਇਹਨਾਂ ਦਾ ਜਵਾਬ ਦਿੱਤਾ, ਅੱਜ ਬਰਾਤ ਜਾਣੀ ਸੀ ਨਹੀਂ ਗਈ ਇਹਨਾਂ ਦੀ। ਹੁਣ ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਕਹਿਣ ਦੇ ਮੁਤਾਬਕ ਵੀ ਉੱਥੇ ਥਾਣੇ ਬੁਲਾਇਆ ਗਿਆ ਤੇ ਫਿਰ ਮੇਰੇ ਕੋਲ ਦਰਖਾਸਤ ਦੇਣ ਆਇਆ। ਹੁਣ ਦੇਖ ਲਾਂਗੇ ਸਵੇਰੇ ਉਹਨਾਂ ਨੂੰ ਫੋਨ ਕਰਕੇ ਵੀ ਕੀ ਮੈਟਰ ਕੀ ਆ, ਕਿਉਂ ਜਵਾਬ ਦਿੱਤਾ, ਜੇ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਕੀ ਇਹੋ ਜਿਹੀ ਗੱਲ ਨਿਕਲੀ ਜਿਹੜੀ ਕਰਕੇ ਜਵਾਬ ਦੇਣਾ ਪੈ ਗਿਆ। ਕੀ ਕਾਰਵਾਈ ਕੀਤੀ ਜਾਏਗੀ? ਪੁੱਛ ਗਈ ਆ ਜੀ, ਹੁਣ ਦੋਨਾਂ ਪਰਿਵਾਰਾਂ ਦਾ ਵੇਖ ਲਾਂਗੇ ਕੀ ਵਿਊ ਇਹਨਾਂ ਦਾ, ਉਹਦੇ ਕਿਹੜੇ ਹਾਲਾਤਾਂ 'ਚ ਕਰਕੇ ਜਵਾਬ ਦਿੱਤਾ, ਐਡੀ ਛੇਤੀ ਕੋਈ ਮੌਕੇ 'ਤੇ ਰਾਤ ਜਵਾਬ ਨਹੀਂ ਦਿੰਦਾ, ਹਾਲਾਤ ਕੀ ਬਣੇ, ਕਿਉਂ ਜਵਾਬ ਦਿੱਤਾ ਗਿਆ, ਉਹ ਕਲੀਅਰ ਕਰਕੇ ਅਫਸਰਾਂ ਦੇ ਨੋਟ 'ਚ ਲਿਆਵਾਂਗੇ ਸਾਰੀ ਗੱਲ।